ਅਸੀਂ ਇਸ ਨਫ਼ਰਤ ਨੂੰ ਮਿਟਾਉਣਾ ਚਾਹੁੰਦੇ। ਮੇਰੇ ਤੇ ਟਾਰਗੇਟ ਜਿੰਨੇ ਮਰਜ਼ੀ ਕਰ ਲਿਆ, ਮੈਂ ਤਾਂ ਕਦੇ ਇਸ ਟਾਰਗੇਟ ਦੀ ਕਦੇ ਪਰਵਾਹ ਹੀ ਨਹੀਂ ਕਰਦਾ। ਇੱਕ ਜੱਫੀ ਜੇ ਲਾਂਘਾ ਖੁੱਲੀ ਤੇ ਦੂਜੀ ਜੱਫੀ ਪਾਈਏ, ਦੂਜੀ ਜੱਫੀ ਪਾਈਏ, ਤੀਜੀ ਚੌਥੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਥੌਵੀਂ ਸਭ ਜੱਫੀਆਂ ਪਾਈਏ। ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ, ਐਵੇਂ ਹੀ ਕਿਉਂ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰਵਾਈਏ। ਨਵਜੋਤ ਸਿੰਘ ਸਿੱਧੂ ਦੀ ਪਹਿਲੀ ਜੱਫੀ ਦੇ ਵਿਵਾਦ ਅਜੇ ਮੁੱਕੇ ਨਹੀਂ ਕਿ ਉਹ ਦੂਜੀ ਜੱਫੀ ਪਾਉਣ ਲਈ ਵੀ ਤਿਆਰ ਨੇ, ਅਤੇ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਦੇ ਭਲੇ ਲਈ ਜੱਫੀਆਂ ਨੂੰ ਤਰਜੀਹ ਦੇਣ ਦੀ ਦਲੀਲ ਦਿੱਤੀ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਨਤਮਸਤਕ ਹੋ ਕੇ ਆਏ ਨੇ, ਅਤੇ ਆਉਂਦੇ ਹੀ ਉਹਨਾਂ ਨੇ ਕਿਹਾ ਕਿ ਸ਼ਾਂਤੀ ਦੇ ਲਈ ਗੱਲਬਾਤ ਜ਼ਰੂਰੀ ਹੈ। ਇਸ ਨਫ਼ਰਤ ਨੂੰ ਮਿਟਾਉਣਾ ਚਾਹੁੰਦੇ, ਅਸੀਂ ਦੋਸਤੀ ਦਾ ਪੈਗਾਮ ਦਈਏ। ਦੇਖੋ ਜਦੋਂ ਵਰਲਡ ਵਾਰ 2 ਹੋਈ, ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੁੰਦਾ ਜਿਹੜਾ ਕਿ ਆਪਣੇ ਭੱਪਦਾ ਹੈ ਬੜਾ, ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ, ਮੈਂ ਨਹੀਂ ਦਿੱਤਾ। ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ, ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ, ਉਹਨਾਂ ਨੇ ਮਤਲਬ 70% ਮੁਲਕ ਤਬਾਹ ਕਰਦੇ ਸੀ। ਪੋਲੈਂਡ, ਫਿਨਲੈਂਡ, ਰਸ਼ੀਆ, ਕਿੰਨੇ ਹੀ ਮੁਲਕ ਪੂਰੇ ਤਬਾਹ ਹੋ ਚੁੱਕੇ, ਯੂਰਪ ਦਾ ਤਾਂ ਰਿਹਾ ਹੀ ਕੱਖ ਨਹੀਂ ਸੀ। ਤੇ ਜਦੋਂ ਅਮਨ ਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿੱਤਾ। ਉਹਨਾਂ ਫੈਸਲਾ ਕੀ ਲਿੱਤਾ? ਉਹਨਾਂ ਦਾ ਫੈਸਲਾ ਇਹ ਸੀ ਕਿ ਭਾਈ ਅਸੀਂ ਬਾਰਡਰ ਖੋਲ ਦੇਣੇ। ਉਹ ਯੂਰਪ, ਤੁਸੀਂ ਲੰਡਨ ਤੋਂ ਜਾਓ ਫਰਾਂਸ, ਫਰਾਂਸ ਤੋਂ ਜਾਓ ਅੱਗੇ ਆਸਟਰੀਆ, ਆਸਟਰੀਆ ਤੋਂ ਪੋਲੈਂਡ, ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ, ਤੁਸੀਂ ਇੱਕ ਆਪਣਾ ਪਾਸਪੋਰਟ ਦਿਖਾਉਣਾ ਅਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30-40 ਦੇਸ਼ਾਂ ਦੇ ਵਿੱਚ ਘੁੰਮ ਲਓ। ਇੱਕ ਵੀਜ਼ੇ ਨਾਲ ਤੁਸੀਂ 30-40 ਦੇਸ਼ਾਂ ਦੇ ਘੁੰਮ ਲਓ, ਅਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲਿਆ ਗਿਆ, ਖੁਸ਼ਹਾਲੀ ਕਿੱਥੋਂ ਕਿੱਥੇ ਚਲੀ। ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ, ਇਕਨੋਮਿਕ ਪ੍ਰੋਫਿਟੇਬਿਲਿਟੀ ਹੈ, ਇਹ ਜਿਹੜਾ ਮੁਨਾਫਾ ਹੈ, ਇਹਦੇ ਨਾਲ ਫਾਸਲੇ ਮਿਟਦੇ, ਇਹਦੇ ਨਾਲ ਦਿੱਕਤਾਂ ਮਿਟਦੀਆਂ। ਇਹ ਵਿਸ਼ਵ ਗੁਰੂ ਦਾ ਜਿਹੜਾ ਸੰਦੇਸ਼, ਇਹ ਅਮਨ ਅਮਾਨ ਦਾ, ਪੀਸ ਦਾ ਸੰਦੇਸ਼, ਪੀਸ ਬਿਗੇਟਸ ਪ੍ਰੋਸਪੈਰਿਟੀ। ਮੇਰੇ ਤੇ ਟਾਰਗੇਟ ਜਿੰਨੇ ਮਰਜ਼ੀ ਕਰਨ ਯਾਰ, ਮੈਂ ਤਾਂ ਕਦੇ ਇਹ ਟਾਰਗੇਟ ਦੀ ਕਦੇ ਪਰਵਾਹ ਹੀ ਨਹੀਂ ਕਰਦਾ। ਦੂਸਰੀ ਗੱਲ ਇਹ, ਮੈਂ ਤੁਹਾਨੂੰ ਦੱਸਾਂ ਸੱਚੀ ਗੱਲ, ਤੈਨੂੰ ਦੱਸਾਂ, ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਹੀਂ, ਨਾ ਤਾਂ ਇਕੋਨਮੀ ਦਾ ਹੱਲ ਹੈ। ਦੇਖੋ ਫੈਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ, ਉਹਨਾਂ ਦਾ ਕਸੂਰ ਦੱਸੋ ਮੈਨੂੰ। ਦੇਖੋ ਤੁਸੀਂ ਭਾਈ, ਜੰਗ ਤਾਂ ਬੰਬਾਂ ਨਾਲ ਹੁੰਦੀ ਹੈ ਨਾ, ਅਤੇ ਮਰਦਾ ਕੌਣ ਹੈ? ਇੱਕ ਆਮ ਸਿਟੀਜ਼ਨ, ਧੀਆਂ ਭੈਣਾਂ, ਫੈਮਿਲੀਆਂ ਉੱਜੜ ਗਈਆਂ, ਛੋਟੇ ਛੋਟੇ ਬੱਚੇ, ਇਕੋਨਮੀ ਡਿਸਟਰੋਇਡ, ਤੁਸੀਂ ਫਾਇਦਾ ਤਾਂ ਦੱਸੋ ਯਾਰ ਕੋਈ। ਇੱਕ ਜੱਫੀ ਜੇ ਲਾਂਘਾ ਖੋਲੇ ਤੇ ਦੂਜੀ ਜੱਫੀ ਪਾਈਏ, ਦੂਜੀ ਜੱਫੀ ਪਾਈਏ, ਤੀਜੀ ਚੌਥੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਥੌਵੀਂ ਸਭ ਜੱਫੀਆਂ ਪਾਈਏ। ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ, ਐਵੇਂ ਕਿਉਂ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰਵਾਈਏ।